ਲੈ ਭੈਣ ਸ਼ਹਿਰ ਤਾਂ ਆ ਗਈ ਹੁਣ ਹੈ, ਤੇ ਮੇਰੀ ਭੈਣ ਦਾ ਧਰਿਆ ਹੋਇਆ ਵਿਆਹ, ਤੇ ਭੈਣੇ ਕਿਮੇ ਤਾਂ ਸੋਹਣੇ ਸੋਹਣੇ ਸੂਟ ਲਏ ਆ ਸਿਲਕ ਦੇ। ਪਹਿਲਾਂ ਹੀ ਉਹਨੇ ਦੀਸ਼ੋ ਨੇ ਤਾਂ ਮੇਰੇ ਸੂਟ ਦੀ ਜੱਖਣਾ ਪੱਟਤੀ, ਸਾਰੇ ਸੂਟ ਖਰਾਬ ਕਰਤੇ, ਸਾਰੇ ਸੂਟ ਖਰਾਬ ਕਰਤੇ। ਤੇ ਮੈਂ ਕਿਹਾ ਭੈਣੇ ਐਤਕੀ ਤਾਂ ਮੈਂ ਸ਼ਹਿਰੋਂ ਸਮਾਉਂਗੀ ਸੂਟ, ਐਤਕੀ ਤਾਂ ਮੈਂ ਪਿੰਡੋਂ ਇੱਕ ਵੀ ਸੂਟ ਨਹੀਂ ਸਮਾਉਣਾਗਾ। ਤੇ ਚੱਲ ਨੀ ਹੁਣ ਸ਼ਹਿਰ ਦੇ ਵਿੱਚ ਆ ਕੇ ਮੈਂ ਤਾਂ ਉਹ ਟੇਲਰ ਦਾ ਨਾਂ ਭੁੱਲ ਗਈ ਭੈਣੇ, ਕਿਹੜਾ ਨਾਂ ਸੀਗਾ ਟੇਲਰ ਦਾ। ਚੱਲ ਉਹਨੂੰ ਫੋਨ ਲਾਉਣੀ ਆ, ਦੀਸ਼ੋ ਨੂੰ, ਦੀਸ਼ੋ ਨੂੰ ਕਾਹਨੂੰ ਨੀ, ਜੈਲੋ ਨੂੰ। ਉਹਨੇ ਦੱਸਿਆ ਸੀ, ਕਹਿੰਦੀ ਸ਼ਹਿਰੋਂ ਸ਼ਮਾਲ ਹੈ। ਲੈ ਹੈਲੋ, ਹਾਂ ਜੈਲੋ, ਨੀ ਮੈਂ ਸ਼ਹਿਰ ਵੀ ਆ ਗਈ ਤੇ ਉਹ ਦਰਜੀਆਂ ਵਾਲੀ ਗਲੀ ਵੀ ਆ ਗਈ, ਤੇ ਮੈਂ ਤਾਂ ਉਹ ਟੇਲਰ ਦਾ ਭੈਣੇ ਨਾਂ ਭੁੱਲ ਗਈ। ਉਹ ਦੱਸ ਤਾਂ ਦੇ ਮੈਨੂੰ ਉਹਦਾ ਨਾਂ ਕੀ ਹੈ, ਘਰੋਂ ਤਾਂ ਯਾਦ ਸੀਗਾ, ਹੁਣ ਇੱਥੇ ਆ ਕੇ ਭੁੱਲ ਗਈ। ਤੇ ਇੱਥੇ ਤਾਂ ਬਾਹਲੇ ਦਰਜੀ ਜੇ ਹੈ, ਮੈਂ ਫਿਰ ਜਿਹੜੇ ਤਾਂ ਤੂੰ ਸਮਾਏ ਮੈਂ ਤਾਂ ਉਸੇ ਤੋਂ ਸਮਾਉਂਗੀ ਨਾ, ਤੇਰੇ ਸੋਹਣੇ ਸੂਟ ਸੀਤੇ ਉਹਨੇ। ਹਾਂ ਅੱਛਾ, ਕਿਹੜਾ, ਕਰਮਾ ਬੁਟੁੱਕ? ਨੀ ਬੁਟੁੱਕ ਬਟੱਕ ਜਾ ਤਾਂ ਤੂੰ ਬੋਲਣਾ ਭੈਣੇ, ਤੂੰ ਸਿੱਧਾ ਜਾ ਨਾਂ ਦੱਸ, ਮੈਨੂੰ ਨੀ ਤੇਰੇ ਬੁਟੁੱਕ ਬਟੱਕ ਬਟਿੱਕ ਜੇ ਤੂੰ ਕੀ ਬੋਲੀ ਜਾਨੀ ਐ। ਅੱਛਾ ਹਾਂ, ਇਹ ਸਿੱਧਾ ਬੋਲ ਅੜੀਏ ਕਰਮਾ ਦਰਜੀ, ਤੂੰ ਵੀ ਉਟੂ ਪੂਟ ਪਟਾਂਗ ਜੇ ਬੋਲੀ ਜਾਨੀ ਐ। ਤੈਨੂੰ ਪਤਾ ਮੈਂ ਇੰਨਾ ਦੇਖ ਥੋੜਾ ਬਹੁਤ ਹੀ ਪੜ੍ਹੀ ਹੈਗੀ, ਇੰਨਾ ਕੁ ਤਾਂ ਮੈਂ ਪੜ੍ਹ ਹੀ ਲੈਣੀ, ਬੋਰਡ ਬਾਰਡ ਤੇ ਨਾਮ ਲਿਖੇ। ਅੱਛਾ, ਸਿੱਧੀ ਸਿੱਧੀ ਤੁਰੀ ਜਾਵਾਂ? ਅੱਛਾ ਮੋੜ ਮੁੜ ਜਾ ਅੱਗੇ, ਅੱਛਾ ਤਾਂ ਬੋਰਡ ਲੱਗਿਆ, ਠੀਕ ਹੈ ਭਣੇ ਚੱਲ ਹੁਣ ਮੈਂ ਤਾਂ ਫਿਰ ਜਾਨੀ ਆ। ਹਾਂ ਹਾਂ ਆ ਗਈ ਮੋੜ ਤੇ, ਹਾਂ ਦਿਖ ਗਿਆ ਬੋਰਡ ਉੱਤੇ, ਹਾਂ ਠੀਕ ਹੈ ਠੀਕ ਹੈ, ਚੱਲ ਭੈਣ ਠੀਕ ਹੈ ਮੈਂ ਜਾਨੀ ਆ। ਥੱਕ ਗਏ, ਸ਼ਹਿਰ ਆ ਤਾਂ ਗਏ ਪਰ ਥੱਕ ਜਾਈਦਾ, ਇੱਕ ਭਾਈ ਦਾ ਉੱਤੇ ਹੈ ਗਿਆ ਸਿਉਂ ਦਾ, ਪੌੜੀਆਂ ਚੜ ਚੜ ਕੇ ਮੈਨੂੰ ਤਾਂ ਹੋਰ ਸਾਹ ਚੜ ਗਿਆ, ਆਹੀ ਹੋਣਾ। ਹਾਏ ਤੰਦਰ ਮੁੰਡੇ ਜੇ ਹਜੇ ਤੱਕ ਨਹੀਂ ਆਏ। ਦੱਸ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੱਪੜੇ ਸੀ ਜਾਂਦੇ ਹੋ ਜੀ? ਨਹੀਂ, ਬੋਰੀਆਂ ਸੀ ਜਾਂਦਾ ਜੀ। ਲੈ ਭਾਈ ਤੂੰ ਤਾਂ ਪਹਿਲਾਂ ਹੀ ਉਲਟ ਪਟਾਂਗ ਜੇ ਬੋਲਣ ਲੱਗ ਗਿਆ, ਮੈਂ ਤਾਂ ਪੁੱਛ ਪੁੱਛ ਕੇ ਆਈ ਆ। ਹੈ ਉਹ ਮੈਡਮ ਜੀ, ਤੁਹਾਨੂੰ ਪਤਾ ਤਾਂ ਹੈਗਾ ਵੀ ਆਪਾਂ ਕੱਪੜੇ ਸੀਨੇ ਆ, ਹੈ ਅੱਛਾ, ਕੱਪੜਿਆਂ ਦਾ ਕੰਮ ਹੈ ਤਾਂ ਕੱਪੜੇ ਸੀਵਾਂਗੇ, ਪਰ ਆਪਾਂ ਬੋਰੀਆਂ ਥੋੜਾ ਸੀਵਾਂਗੇ। ਤਾਂ ਹੈ ਫੇਰ ਵੀ ਭਾਈ ਕਸਟਮਰ ਨਾਲ ਵਧੀਆ ਬੋਲਣਾ ਚਾਹੀਦਾ ਹੈ। ਨਹੀਂ, ਹੈ ਉਹ ਤਾਂ ਮੈਂ ਫਿਰ ਤੁਸੀਂ ਤੁਸੀਂ ਆਉਂਦੇ ਤਾਂ ਆ, ਪਹਿਲਾਂ ਹੀ ਉਲਟ ਪਟਾਂਗ ਜੇ ਜਵਾਬ ਮੈਨੂੰ ਦੇਣ ਲੱਗ ਗਏ ਕਿ ਬੋਰੀਆਂ ਸਿਉਣਾ ਕਿ ਮੈਂ। ਹੈ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਸ ਤਰ੍ਹਾਂ ਨਾ, ਮੈਂ ਫਿਰ ਮਜ਼ਾਕ ਕਰਨ ਦੀ ਮੈਨੂੰ ਆਦਤ ਹੈ, ਮੈਂ ਕਹਿ ਦਿੰਦਾ ਕੋਈ ਗੱਲ ਨਹੀਂ, ਤੁਸੀਂ ਗੱਲ ਇਹੋ ਜੀ ਕਰੀ ਨਾ ਤਾਂ ਕਰਕੇ ਮੈਂ ਬੋਲਤਾ ਹਾਂ। ਬੈਠੋ, ਕੋਈ ਗੱਲ ਨਹੀਂ। ਨਹੀਂ ਉਹ ਕਿਵੇਂ, ਤਾਂ ਸੂਟ ਸੂਟ ਸਮਾਉਣੇ ਸੀਗੇ। ਸਵਾ ਤਾਂ ਸੂਟ ਹੀ ਸਿਉਣੇ ਆਪਾਂ, ਆਪਾਂ ਕਿਹੜਾ ਬੋਰੀਆਂ ਸੀਨੇ, ਮੈਂ ਤਾਂ ਹੁਣ ਫੇਰ ਕਹੀ ਜਾਣਾ। ਤੇ ਬੈਠੋ, ਕੋਈ ਗੱਲ ਨਹੀਂ। ਉਹ ਤਾਂ ਕੋਈ ਗੱਲ ਨਹੀਂ, ਬਹਿ ਜੂੰਗੀ ਮੈਂ ਹਾਂ ਤੇ ਵੇਖੀ, ਬਸ ਵਧੀਆ ਸੂਟ ਸਿਉਂਦਿਓ, ਮੈਂ ਤਾਂ ਪੁੱਛ ਪੁੱਛ ਕੇ ਆਈ ਆ। ਉਹ ਇਸ ਤਰ੍ਹਾਂ ਹੈ ਜੀ, ਮੇਰੀ ਗੱਲ ਸੁਣੋ, ਹਾਏ ਹਾਏ ਹਾਏ, ਜਦ ਹੁਣ ਸਾਡਾ ਕੰਮ ਹੀ ਇਹੋ ਹੈ, ਹੈ ਤੇ ਵਧੀਆ ਹੀ ਸੀਵਾਂਗੇ, ਕਿਸੇ ਦਾ ਖਰਾਬ ਥੋੜਾ ਕਰਾਂਗੇ। ਅੱਛਾ ਹਾਂ, ਤੁਸੀਂ ਮੈਨੂੰ ਤਾਂ ਐਂ ਦੱਸੋ ਵੀ ਤੁਹਾਡਾ ਨਾਂ ਕਰਮਾ ਦਰਜੀ ਹੈ? ਦਰਜੀ, ਦਰਜੀ ਤਾਂ ਕਿਸੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਜੀ, ਬਾਹਰਲੇ ਪਾਸੇ ਬੋਰਡ ਲੱਗਿਆ ਹੋਇਆ, ਮਾੜੇ ਮੋਟੇ ਤਾਂ ਪੜ੍ਹੇ ਲਿਖੇ ਹੋਣਗੇ, ਕਰਮਾ ਬੁਟੀਕ ਹੈ ਜੀ, ਬੁਟੀਕ ਕਹਿੰਦੇ ਹੈ। ਉਹ ਭਾਈ ਬੁਟੀਕ ਬੁਟੂਕ ਮੈਨੂੰ ਤਾਂ ਸਮਝ ਨਹੀਂ ਆਉਂਦਾ, ਕਦੇ ਸਾਡੇ ਤਾਂ ਭਾਈ ਦਰਜੀ ਕਹਿੰਦੇ ਐ, ਤੁਸੀਂ ਮੈਨੂੰ ਠੀਕ ਐ ਲੱਗਦਾ ਨਾ? ਕਿਸੇ ਪਿੰਡ ਤੋਂ ਆਏ ਹੋ, ਹੈ ਨਾ? ਹਾਂ ਪਿੰਡ ਮੈਂ ਆਹ ਹੀ ਨੇੜੇ, ਜਿਹੜਾ ਚੈਨੇ ਵਾਲਾ ਅੱਛਾ, ਹੈਗਾ। ਹਾਂ ਚੈਨੇ ਵਾਲਾ, ਆਹੋ ਉੱਥੋਂ ਚੈਨੇ ਆ, ਵਾਲਾ ਮੈਂ ਬਹੁਤ ਕੱਪੜੇ ਸੀਤੇ ਆ ਜੀ, ਆਹੋ ਫਿਰ ਬਹੁਤ ਸੀਤੇ। ਹਾਂ, ਸਾਧੂ ਦੀ ਕੁੜੀ ਦਾ ਵਿਆਹ ਸੀ ਅੱਛਾ, ਤੇ ਉੱਥੇ ਮੈਂ ਮਹੀਨਾ ਲਾ ਕੇ ਆਇਆ ਘਰੇ, ਪਹਿਲਾਂ ਬਿਠਾ ਲੈਂਦੇ ਹੁੰਦੇ ਸੀ ਘਰੇ।
ਹਾਂ ਮਹੀਨਾ ਪਹਿਲਾਂ ਮਹੀਨਾ। ਘਰੇ ਬਿਠਾਉਂਦੇ ਹੁੰਦੇ ਹਾਂ ਸੀਗੇ। ਹਾਂ 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 ਤੇ ਹੁਣ ਬਈ ਜਾਇਆ ਨਹੀਂ ਜਾਂਦਾ, ਕੰਮ ਬਹੁਤ ਹੋ ਗਿਆ। ਹੁਣ ਅੱਛਾ, ਇਸੇ ਕਰਕੇ ਅਸੀਂ ਇੱਥੇ ਫਿਰ ਆਪਦਾ ਕੰਮ ਫਿਰ ਕਰੀਦਾ, ਸ਼ਹਿਰ ਚ ਦੁਕਾਨ ਖੋਲਣੀ ਸ਼ਹਿਰ ਚ ਖੋਲ ਤੁਸੀਂ? ਰੱਖਿਆ ਹੋਣੀ। ਜੀ। ਹਾਂ ਬਹੁਤ ਨਾਂ ਹੋਗਾ ਜੀ, ਆਸ ਪਾਸ ਪਿੰਡ ਵਾਲੇ ਬਹੁਤ ਆਉਂਦੇ ਹਾਂ, ਆ। ਮੈਨੂੰ ਦੱਸਿਆ ਸੀਗਾ ਸਾਡੇ ਪਿੰਡ ਵਾਲੀ ਜੈਲੋ ਨੇ, ਕਹਿੰਦੀ ਜਿਹੜਾ ਆਪਣੇ ਉਹ ਕਰਮਾ ਦਰਜੀ ਹੈ ਉਹ ਬਾਹਲੇ ਵਧੀਆ ਫਿਰ ਸਿਉਂਦਾ, ਤੁਸੀਂ ਜੀ ਦਰਜੀ ਦਰਜੀ ਉਹ ਟੈਲਰ ਹੀ ਕਹਿ ਲਓ। ਟੇਲਰ, ਕਰਮਾ ਟੇਲਰ। ਹਾਂ ਇਹ ਸਾਡੇ ਨਾ ਦਰਜੀਆਂ ਵਾਲੀ ਹੈ ਜੀ ਸਾਰੀ ਗਲੀ, ਇੱਥੇ ਸਾਰੇ ਦਰਜੀ ਹੈ ਹਾਂ ਮੈਨੂੰ ਉਹਨੇ ਦੱਸਿਆ ਤੇ, ਸੀਗਾ, ਕਹਿੰਦੀ ਇੱਕ ਸਾਰੇ ਦਰਜੀਆਂ ਵਾਲੀ ਗਲੀ ਹੈ ਔਰ ਸੱਚੇ ਤੂੰ। ਪਾਤਸ਼ਾਹ ਦੀ ਮਿਹਰ ਨਾਲ ਆਪਣਾ ਨਾਂ ਵਧੀਆ ਹੈ, ਆਸੇ ਪਾਸੇ ਪਿੰਡਾਂ ਤੋਂ ਬਹੁਤ ਕੰਮ ਆਉਂਦਾ ਹੈ। ਔਰ ਸਪੈਸ਼ਲ ਨਾ ਲੇਡੀਜ਼ ਦਾ ਕੰਮ ਹੀ ਆਪਾਂ ਲਈਦਾ ਹੈ, ਅੱਛਾ ਚਲੋ ਪਹਿਲਾਂ ਸਾਰੇ ਵਧੀਆ, ਕਰਦੇ ਹੁੰਦੇ ਸੀ, ਹੁਣ ਆਪਾਂ ਲੇਡੀ ਲੇਡੀ ਦਾ ਕੰਮ ਹੀ ਕਰੀਦਾ ਜੀ। ਹਾਂ ਨਹੀਂ ਉਹਨੇ ਤੇ ਮੈਨੂੰ ਦੱਸਿਆ ਸੀ, ਕਹਿੰਦੀ ਬਹੁਤ ਸੋਹਣੇ ਕੱਪੜੇ ਸਿਉਂਦੇ ਹਾਂ ਆ ਮੈਂ ਸਾਰੇ ਪਿੰਡ ਦੇ ਉੱਤੇ, ਮੈਂ ਚੈਨਲ ਤਾਂ ਬਹੁਤ ਸੀਤੇ ਆ। ਮੈਂ ਸਾਧੂ ਤਾਂ ਹੀ। ਜੰਟੇ ਦੀ ਭੈਣ ਦਾ ਵਿਆਹ ਸੀ, ਫਿਰ ਉਹ ਉਪਰੀਤਮ ਕਹਿੰਦੇ, ਅੱਛਾ ਹਾਂ ਉਹ ਕਈ ਸਾਲ ਹੋ ਗਏ, ਉਹਦੇ ਮੁੰਡੇ ਦਾ ਵਿਆਹ ਸੀ, ਉੱਥੇ ਵੀ ਅਸੀਂ ਗਏ ਸੀ, ਉੱਥੇ ਸੀ ਕੇ ਆਏ ਹਾਂ ਅਸੀਂ ਕੱਪੜੇ। ਹਾਂ ਉਹਦੇ ਘਰੇ। ਅੱਛਾ ਹਾਂ 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 ਹੁਣ ਹਾਂ ਭਾਈ, ਪਹਿਲਾਂ ਤਾਂ ਨਾ ਜਦੋਂ ਵਿਆਹ ਹੁੰਦੇ ਸੀ ਤੇ ਮਹੀਨਾ ਮਹੀਨਾ ਘਰੇ ਬਿਠਾ ਲੈਂਦੇ ਹਾਂ ਸੀਗੇ ਹਾਂ ਦਰਜੀਆਂ ਨੂੰ, ਹੁਣ ਨਹੀਂ ਅਸੀਂ ਜਾਂਦੇ ਹਾਂ ਭਾਈ। ਹੁਣ ਨਹੀਂ ਸਿਉਂਦੇ ਗੇ ਭਾਈ, ਹੁਣ ਤਾਂ ਬਾਈ ਤੁਹਾਨੂੰ ਪਤਾ ਅੱਜ ਕੱਲ ਜਮਾਨਾ ਬਦਲ ਗਿਆ, ਅੱਜ ਕੱਲ ਘਰੇ ਨਹੀਂ ਕੋਈ ਬਿਠਾਉਂਦਾ ਗਾ, ਸਾਰੇ ਅੱਜ ਕੱਲ ਸ਼ਹਿਰਾਂ ਚੋਂ ਪਿੰਡਾਂ ਚੋਂ ਬਸ ਐਂ ਸਮਾਈ ਜਾਂਦੀਆਂ ਨੇ, ਤੇ ਐਂ ਕਰ ਭਾਈ ਕੋਈ ਵਧੀਆ ਜਿਹਾ ਕੋਈ ਸੂਟ ਤੇਰਾ ਇੱਥੇ ਸੀਤਾ ਹੋਇਆ ਤਾਂ ਮੈਨੂੰ ਦਿਖਾ ਦੇ, ਮੈਂ ਵੇਖ ਲਾਂ ਪਹਿਲਾਂ, ਕਿਧਰੇ ਮੇਰੇ ਤਾਂ ਮਹਿੰਗੇ ਸੂਟ ਨਹੀਂ ਨੇ, ਵਿਆਹ ਇਹਨਾਂ ਦੇ ਚ ਕੱਪੜੇ ਐ। ਪਟਿਆਲਾ, ਤੁਸੀਂ ਪਟਿਆਲੇ ਸੂਟ ਦੀ ਗੱਲ ਕਰੀ ਨੇ, ਪਟਿਆਲਾ ਸੂਟ ਕੋਈ ਨਹੀਂ ਸੀਤਾ ਹੋਇਆ। ਇੱਥੇ ਸ਼ਹਿਰਾਂ 'ਚ ਪਹੁੰਚਦੀਆਂ ਨੇ ਪਟਿਆਲਾ ਹਾਂ ਸੂਟ? ਉਹ ਤਾਂ ਹਾਂ ਨਹੀਂ ਪਹੁੰਚਦੀਆਂ ਨੇ ਇੱਥੇ, ਪਰ ਇਹ ਇਹਨਾਂ 'ਚ ਨਹੀਂ ਸੀ ਰੱਖਿਆ ਨਾ ਹੁਣ ਕੋਈ। ਅੱਛਾ, ਆਹ ਹਾਂ ਕੀ ਸੀਤਾ ਲਾਲ ਜਾ ਗੋਟਾ ਗਾਟਾ ਜਾ ਲਾ ਕੇ, ਓਏ ਤਾਂ ਭਾਈ ਜਾਗੋ ਦਾ ਘੱਗਰਾ ਸਵਾਇਆ ਕਿਸੇ ਨੇ। ਹਾਂ ਜਾਗੋ ਦਾ, ਜਾਗੋ ਦਾ ਹਾਂ ਦਿਖਾਈ, ਮੇਰੀ ਵੀ ਭੈਣ ਦਾ ਵਿਆਹ ਭਾਈ, ਮੈਂ ਵੀ ਵੇਖ ਲਾਂ ਜਾਗੋ ਦਾ, ਅਸੀਂ ਵੀ ਸਮਾ ਲਾਂਗੇ ਕੋਈ, ਦੇਖਾਂ। ਦੇਖੋ ਉਹ ਤਾਂ ਘੱਗਰਾ ਸੀ ਉਤੇ ਪੁਰਾਣੇ ਜਮਾਨੇ ਦਾ ਭਾਈ, ਹੈ ਨਾ? ਹਾਂ 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 ਕੁੜਤੀ ਅਜੇ ਸਿਉਣ ਵਾਲੀ ਹੈ। ਅੱਛਾ ਹਾਂ ਪਹਿਲਾਂ ਜਾਗੋ ਚ ਇਸ ਤਰ੍ਹਾਂ ਪਾਉਂਦੀਆਂ ਸੀ ਨਾ, ਫਿਰ ਉਹੀ ਹਾਂ ਹਾਂ ਪਤਾ ਹੈ ਮੈਨੂੰ, ਪੁਰਾਣੇ ਰਿਵਾਜ, ਹਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਵਿਆਹ ਸ਼ਾਦੀਆਂ 'ਚ ਉਹੀ ਚੱਲੀਆਂ ਹੋਈਆਂ। ਅੱਛਾ ਜਾਗੋ ਭਾਈ, ਘੱਗਰਾ ਤਾਂ ਤੂੰ ਬਹੁਤ ਸੋਹਣਾ ਸੀਤਾ ਹੈ, ਦੇਖਾਂ ਮੈਂ ਲਾ ਕੇ ਮੇਰੇ। ਲੋ ਭਾਈ ਆ ਤਾਂ ਮੇਰੇ ਪੂਰਾ ਆਉ ਜਾਵਾਂ, ਤੇ ਮੇਰੀ ਭੈਣ ਦਾ ਵਿਆਹ ਤੇ ਅਸੀਂ ਵੀ ਜਾਗੋ ਕੱਢਣੀ ਹੈ, ਹੈਂ ਆਹਾ ਤਾਂ ਤੂੰ ਮੈਨੂੰ ਦੇ ਦੇ। ਕਮਲੀਆਂ ਗੱਲਾਂ ਕਿਉਂ ਕਰਦੇ ਹੋ, ਹੁਣ ਜਿਹਦਾ ਮੈਂ ਸੀਤਾ ਹੈ ਉਹ ਮੈਂ ਤੁਹਾਨੂੰ ਕਿਵੇਂ ਦੇ ਦੂੰਗਾ? ਮੈਂ ਤੁਸੀਂ ਅੱਡ ਸਵਾਓ ਆਪਦਾ, ਲੈ ਤੂੰ ਉਹਨੂੰ ਹੋਰ ਸੀ ਕੇ ਦੇ ਦੀ, ਹੱਦ ਹੋ ਗਈ, ਐਂ ਕੋ ਕਰਦਾ ਹੁੰਦਾ ਦਰਜੀ, ਐ ਨਾ ਕਰੇ ਭਾਈ ਨਾ 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 ਲਿਆਓ। ਲੈ ਨਹੀਂ ਮੈਂ ਤਾਂ ਭਈ ਇਹ ਲੈ ਕੇ ਜਾ, ਲੈ ਨਹੀਂ ਕਰਦੇ ਹੁੰਦੇ ਨਹੀਂ ਲੈ ਕੇ, ਐਦਾਂ ਨਾ ਕਰੋ, ਮੈਂ ਤਾਂ ਬੜੀ ਆਸ ਲੈ ਕੇ ਆਈ ਆ। ਛਿਆ ਫਿਰ ਐ ਤਾਂ ਤੁਹਾਡੇ ਆ ਕੱਪੜੇ ਹੋਰ ਪਸੰਦ ਆ ਜਾਣਗੇ, ਤੁਸੀਂ ਸਾਰੇ ਲੈ ਜਾਓਗੇ? ਨਹੀਂ ਇਹ ਨਹੀਂ ਕਰਦੇ ਦਿੰਦੇ ਨਾ, ਇਹ ਇੱਕ ਤਾਂ ਭਈ ਤੂੰ ਨਹੀਂ, ਇਹ ਤਾਂ ਉਹ ਕਿਸੇ ਮੈਨੂੰ ਦੇ ਦੇ, ਇਹ ਤਾਂ ਦੇ ਦੇ, ਤੈਨੂੰ ਪਤਾ ਮੈਂ ਆਪ ਜਾਗੋ ਦੇ ਵਿੱਚ ਬਾਲਾ, ਅਸੀਂ ਤਾਂ ਕੱਢਣੀ ਹੈ ਜਾਗੋ। ਆਹੋ ਛੱਜ ਤੇ ਅਸੀਂ ਤਾਂ ਬਥੇਰਾ ਕੁਛ ਲੈ ਕੇ ਰੱਖ ਰੱਖਿਆ, ਛੱਜ ਘੋਟਣਾ ਹੈ ਤੇ ਜਾਗੋ ਕੱਢਣੀ। ਉਹ ਤੁਸੀਂ ਚਾਹੇ ਕੁਛ ਵੀ ਕੱਢੋ, ਇਧਰ ਆ ਦੇ। ਨਹੀਂ ਨਹੀਂ ਭਾਈ, ਉਹ ਐ ਨਹੀਂ ਕਰਦੇ ਨੇ ਭਾਈ, ਅਗਲਿਆਂ ਦਾ ਜਾਗੋ ਦਾ ਸੀਤਾ ਹੋਇਆ ਸੂਟ ਹੈ, ਫੇਰ ਉਹੀ ਗੱਲ ਹੈ। ਤੂੰ ਤਾਂ ਮੈਨੂੰ ਨਾ ਨਾ ਕੱਪੜੇ ਤਾਂ ਸੋਹਣੇ ਥੀ ਰੱਖਿਆ, ਘੱਗਰਾ ਜਾ ਬਾਲਾ ਹੀ ਸੋਹਣਾ ਸੀਤਾ ਹੋਇਆ, ਆ ਤਾਂ ਤੂੰ ਮੈਂ ਮੈਨੂੰ ਦੇ ਕਹਿੰਦਾ ਦੇ। ਵੀ ਤੁਸੀਂ ਕਮਲੀਆਂ ਗੱਲਾਂ ਕਿਉਂ ਕਰੀ ਜਾਂਦੇ ਹੋ ਤੁਸੀਂ? ਨਹੀਂ ਹੈ ਤਾਂ ਤੂੰ ਉਹਨੂੰ ਹੋਰ ਕੱਪੜਾ ਉੱਥੇ ਲਿਆ ਕੇ ਦੇ ਦੀ ਇਹੋ ਜਿਹਾ, ਹੈ ਤੇ ਉਹਨੂੰ ਕਿਸੇ ਦੀ ਚੀਜ਼ ਹੈ ਕਿਵੇਂ ਮੈਂ ਦੇ ਦਿਆਂ? ਇਹ ਤਾਂ ਭਾਈ ਦੇਖ ਮੈਨੂੰ ਦੇ ਦੇ, ਤੂੰ ਇਦਾਂ ਨਾ ਕਰ ਭਾਈ, ਇਹ ਤਾਂ ਮੈਂ ਲੈ ਕੇ ਜਾਊਂ, ਨਹੀਂ ਇਹ ਤਾਂ ਮੈਂ ਲੈ ਕੇ ਜਾਊਂ, ਤੂੰ ਤੰਗ ਦੇ ਕੇ ਰਹਿ। ਪਤਾ ਨਹੀਂ ਹਾਂ ਮੈਂ ਪਿੰਡਾਂ ਵਾਲੇ ਲੋਕਾਂ ਦੇ ਇਸੇ ਕਰਕੇ ਕੱਪੜੇ ਨਹੀਂ ਸੀਂਦਾ ਭਾਈ, ਜਿਵੇਂ ਆ ਤੁਸੀਂ ਕਰੀ ਜਾਂਦੇ ਹੋ। ਆਹਾ ਕੀ ਕੀਤਾ ਹੋਇਆ, ਇਹ ਵੀ ਤਾਂ ਦਿਖਾ ਦੇ, ਫੇ ਤਾਂ ਕੋਈ ਭਾਈ ਮੈਂ ਉਹ ਮੇਰੇ ਕੱਪੜਿਆਂ ਨੂੰ ਕਾਹਨੂੰ ਸਿੱਟੀ ਜਾਂਦੇ, ਜਿਹੜੇ ਕੰਮ ਤੁਸੀਂ ਆਏ ਹੋ ਤੁਸੀਂ ਕਰਕੇ ਜਾਓ ਆਪਦਾ। ਵੇਖਾਂ ਦਾ ਸਹੀ ਤੂੰ ਕਿਹੋ ਜਿਹੇ ਕੱਪੜੇ ਸੀਨ ਹੈ, ਹੈ ਆਹਾ ਕੀ ਦਾ ਸੀਤਾ ਹੋਇਆ। ਲੋ ਇਹ ਤਾਂ ਮੈਨੂੰ ਲੱਗਦਾ ਭਾਈ ਕਿਸੇ ਇੰਨੀ ਮੋਟੀ ਬੁੜੀ ਦੀ ਫਰਾਕ ਸੀਤੀ ਹੋਈ ਹੈ। ਓਏ ਫਰਾਕ ਨਹੀਂ ਹੈਗੀ, ਹਾਂ ਇਹ ਮੈਕਸੀ ਹੈ।
ਮੈਂ ਇੱਕ ਸੀ ਕੀ ਹੁੰਦੀ ਓਏ ਸ਼ਹਿਰ ਚ ਜਨਾਨੀਆਂ ਪਾਉਂਦੀਆਂ ਨੇ ਇੱਥੇ, ਤੁਹਾਨੂੰ ਤੁਹਾਡੇ ਬਸ ਦੀ ਨਹੀਂ ਗੱਲ ਹੈਗੀ ਪਾਉਣ ਦੀ, ਤੁਹਾਡੀ ਨਾ ਲਿਆਦਰ। ਤੂੰ ਤਾਂ ਭਾਈ ਕਦੇ ਮੇਰਾ ਕੋਈ ਕੱਪੜਾ ਦੇਖਦੀ ਹੈ, ਕਦੇ ਕੋਈ ਕੱਪੜਾ ਦੇਖਦੀ ਹੈ, ਜਿਹੜੇ ਤੂੰ ਕੰਮ ਆਈ ਆਪਦਾ ਕੱਪੜਾ ਨਾਪਾ ਦੇ ਕੇ ਆਪਦਾ ਤੁਸੀਂ ਜਾਓ। ਹਾਂ ਵੀ ਕਿਹਦਾ ਸੀਤਾ ਤੂੰ ਸੂਟ ਭਾਈ? ਓਏ ਸੀ ਜਾਨਾ ਮੈਂ। ਹਾਂ ਹਾਂਜੀ, ਆਹ ਕੀ ਬਣਾਈ ਜਾਨਾ? ਕਿਹੜਾ? ਆਹ ਇਹ ਹੁਣ ਮੈਂ ਇਹਦਾ ਇਹਦਾ ਨਾਲਾ ਬਣਾਈ ਜਾਣਾ ਵਾ। ਲੈ ਤੂੰ ਤਾਂ ਭਾਈ ਬਾਲਾ ਚੰਗਾ, ਤੂੰ ਤਾਂ ਨਾਲੇ ਵੀ ਬਣਾ ਦਿੰਦਾ ਨਾਲ, ਹਨਾ? ਆ ਦਿਖਾਈ ਆ ਕਿਹੋ ਜਿਹਾ ਸੂਟ ਹੈ। ਓਏ ਤਾਂ ਉਹ ਪੁਰਾਣੀ ਬੁੜੀ ਦੇ ਸੂਟ ਹੈ, ਉਹ ਕਹਿੰਦੀ ਨਾਲੇ ਵਾਲਾ ਕਿ ਮੈਂ ਤਾਂ ਪਾਉਣਾ, ਕਹਿੰਦੀ ਨਾਲੇ ਵਾਲਾ ਇਸੇ ਕਰਕੇ। ਹਾਂ ਬਖਾ ਸਲਵਾਰਾਂ ਸੂਟ ਤੂੰ ਸੋਹਣੇ ਸਿਉਣਾ ਆ, ਤੂੰ ਹੱਦ ਹੋ ਗਈ ਤੂੰ। ਆਹ ਇਹ ਕੀ ਗੱਲ, ਤੁਸੀਂ ਇਹਦੇ ਕੱਪੜੇ ਦੇਣਾ ਦੇਣਾ ਹੈ ਕਿਤੇ ਦੇਖਣਾ ਹੈ ਉਹ? ਫਿਰ ਭਾਈ ਮੈਂ ਵੇਖਾਂ ਤਾਂ ਸਹੀ ਤੂੰ ਕਿਹੋ ਜੇ ਸੀ ਰੱਖੇ ਆ। ਆਹ ਪਹੁੰਚੇ ਦੇਖ ਲਓ ਭਾਈ, ਭਾਈ ਪੋ ਪੋ। ਹਾਂ ਸਹੀ ਗੱਲ, ਪਹੁੰਚਾ ਤੇ ਵਧੀਆ ਹੁੰਦਾ ਹੈ। ਚੱਲ ਪਹੁੰਚੇ ਤਾਂ ਤੂੰ ਠੀਕ ਹੀ ਬਣਾ ਰੱਖੇ ਨੇ ਭਾਈ, ਵਧੀਆ। ਹਾਂ ਪਹੁੰਚੇ ਤਾਂ ਠੀਕ ਹੈ, ਵਧੀਆ। ਤੇ ਮੈਂ ਫਿਰ ਤੈਨੂੰ ਮੇਰੇ ਕੱਪੜੇ ਵਿਖਾਵਾਂ ਜਿਹੜੇ ਮੈਂ ਸਮਾਉਣੇ ਆ। ਹਾਂ ਦਿਖਾ। ਆ ਘੱਗਰਾ ਤਾਂ ਮੈਂ ਲੈ ਕੇ ਜਾਊ, ਬਸ ਇਹਦੇ ਤੇ ਮੇਰੀ ਅੱਖ ਹੋ ਗਈ ਹੁਣ ਪੂਰੀ। ਹੋਰ ਨਾ ਕਰੇ ਤੁਸੀਂ, ਹੋਰ ਕੀ ਜਿਹੜੇ ਕੰਮ ਆਏ ਹੋ। ਹਾਂ ਲਓ ਕੰਮ ਆਏ। ਆ ਤਾਂ ਮੇਰੇ ਨਾਪ ਦੀ ਕੁੜਤੀ ਹੈ ਭਾਈ। ਲਓ ਖੜੇ ਹੋ ਕੇ ਦਿਓ ਭਾਈ ਆਪਦਾ ਨਾਪ। ਆਪਦਾ ਨਾਪ ਭਾਈ ਮੈਂ ਮਾਪ ਮੂਪ ਨਹੀਂ ਦਿੰਦੀਗੀ, ਮੈਂ ਤੈਨੂੰ ਦੱਸਾਂ। ਮੈਂ ਤਾਂ ਦੇਖ ਪਈ ਆ ਤੇ ਨਾਪ ਵਾਲੀ ਕੁੜਤੀ। ਆਹਾ ਮੈਂ ਕੁੜਤੀ ਲੈ ਕੇ ਆਈ ਆ ਨਾਲ, ਆ ਵੇ ਮੈਂ ਐਦਾਂ ਹੱਥ ਨਹੀਂ ਲਾਉਣ ਦਿੰਦੀ। ਤੁਸੀਂ ਪਿੰਡਾਂ ਦੇ ਲੋਕ, ਆਹੀ ਤਾਂ ਤੁਹਾਡਾ ਰੌਲਾ ਹੁੰਦਾ ਹੈ। ਆਹੀ ਕੀ ਰੌਲਾ ਹੁੰਦਾ, ਫਿਟਿੰਗ ਸਹੀ ਨਹੀਂ ਆਉਣੀ ਫਿਰ ਮੈਂ। ਫੇਰ ਨਾ ਮੈਨੂੰ ਕਿਹੋ। ਹਾਂ ਫਿਟਿੰਗ ਸਹੀ ਆ ਜੂਗੀ, ਇਹ ਕੁੜਤੀ ਨਾ ਮੇਰੇ ਜਮਾਂ ਫਿੱਟ ਫਿੱਟ ਹੈ, ਜਮਾਂ ਵਧੀਆ ਹੈ। ਆ ਵੇਖ ਲੈ ਜਮਾਂ ਫਿੱਟ ਹੈ, ਪਰ ਇਹੋ ਭਾਈ ਹੱਥ ਨਾ ਲਾਈ ਮੇਰੇ, ਮੈਂ ਤੈਨੂੰ ਦੱਸ ਮੈਂ ਹੱਥ ਨਹੀਂ ਲਵਾਉਂਦੀਗੀ। ਤੇ ਸਲਵਾਰ ਮੈਂ ਤੈਨੂੰ ਦੱਸ ਦੂੰਗੀ, ਮੇਰੇ 40 ਆਉਂਦੀ ਹੈ ਸਿੱਧੀ ਗਈ ਨਾਪ ਲਈ, 40 ਇੰਚ ਬਣਾ ਦੀ ਸਲਵਾਰ। ਤੇ ਆਹਾ ਮੇਰੀ ਕੁੜਤੀ ਦੇ ਨਾਪ ਦੀ ਤੂੰ ਕੁੜਤੀ ਸਿਉਂਦੀ, ਠੀਕ ਹੈ? ਕੁੜਤੀ ਸਿਉਂਦੀ ਤੂੰ ਨਾਪ ਨਹੀਂ ਤੁਸੀਂ ਦੇਣਾ ਤਾਂ ਫਿਰ ਹੁਣ ਫਿਟਿੰਗ ਥੋੜਾ ਸਹੀ, ਮੈਂ ਨਹੀਂ ਗਰੰਟੀ ਕਰਦਾ ਵੀ ਹਾਂ ਫਿਟਿੰਗ ਸਹੀ ਆਊਗੀ। ਹਾਂ ਫਿਟਿੰਗ ਕਿਉਂ ਨਹੀਂ ਆਉਂਦੀ, ਕਿ ਆ ਕੁੜਤੀ ਦਾ ਨਾਪ ਲੈ ਲਈ ਤੂੰ। ਚੱਲ ਠੀਕ ਹੈ, ਇਹ ਧਰ ਲੈ ਤੂੰ, ਤੇ ਸੂਟ ਮੈਂ ਤੈਨੂੰ ਦਿੰਨੀ ਆ ਐ ਭਾਈ। ਲਿਆ ਭਾਈ ਦਰਜੀਆ, ਤੂੰ ਇੱਥੇ ਕੱਲਾ ਹੀ ਸਿਉਣਾ ਹੈ ਕੱਪੜੇ? ਨਾਲ ਦੇ ਮੁੰਡੇ ਮੰਡੇ ਕੋਈ ਨਹੀਂ ਉਹਨੇ ਰੱਖੇ ਹੋਏ? ਨਹੀਂ ਉਹ ਮੁੰਡੇ ਹੈਗੇ ਨੇ ਭਾਈ, ਉਹ ਅੱਜ ਆਏ ਨਹੀਂ ਹੈਗੇ, ਅਜੇ ਤੱਕ ਆਏ ਨਹੀਂ, ਲੇਟ ਆਉਂਦੇ ਆ, ਕੀ ਕਰੀਏ ਹੁਣ, ਕਿਸੇ ਤੇ ਦਬਾਅ ਦੇ ਨਹੀਂ ਸਕਦੇ। ਕਦੇ ਕੋਈ ਬਹਾਨਾ ਮਾਰ ਲੈਂਦੇ ਨੇ, ਕਦੇ ਕੋਈ ਬਹਾਨਾ ਮਾਰ ਲੈਂਦੇ ਨੇ, ਅੱਜ ਸਾਡੇ ਐ ਹੋ ਗਿਆ, ਅੱਜ ਸਾਡੇ ਐ ਹੋ ਗਿਆ। ਹਾਂ ਤੇ ਇਹ ਤਾਂ ਮੈਨੂੰ ਇੱਥੇ ਘਰ ਜਾ ਲੱਗਦਾ, ਤੁਹਾਡਾ ਘਰ ਹੈ? ਹਾਂ ਹਾਂ ਨਾਲ ਇਧਰਲੇ ਪਾਸੇ ਘਰ ਹੀ ਹੈ ਮੇਰਾ। ਹਾਂ ਫਿਰ ਤੇਰੇ ਘਰ ਵਾਲੀ ਜਵਾਕ ਜੱਲੇ ਤਾਂ ਦਿੰਦੇ ਨੇ ਇੱਥੇ? ਘਰ ਵਾਲੀ ਵੀ ਹੈਗੀ ਹੈ, ਜਵਾਕ ਜੱਲੇ ਵੀ ਹੈਗੇ ਆ, ਦਰਅਸਲ ਉਹ ਪੇਕੇ ਗਈ ਹੋਈ ਹੈ। ਕਿਉਂ ਪੇਕੇ? ਕਿਵੇਂ? ਉਸਕੇ ਵਾਗੀ ਭਾਈ, ਕੀ ਕਰੀਏ ਉਸਕੇ ਵਾਗੀ। ਹੂੰ ਫਿਰ ਤੇਰੇ ਲੱਛਣ ਮਾੜੇ ਹੋਣਗੇ ਤਾਂ ਰੁਸਕੇ ਗਈ ਹੋਣੀ। ਉਹ ਭਾਈ ਤੂੰ ਕੱਪੜੇ ਸਮਾਉਣਾ ਹੀ ਆ ਨਾ, ਤੂੰ ਉਹੀ ਗੱਲ ਕਰ ਵੀ ਕੱਪੜੇ ਸੀਣ ਵਾਲੀ, ਤੂੰ ਦੂਜੀ ਗੱਲ ਐਵੇਂ ਖਾਂਗਾ ਲੱਛਣ ਮਾੜੇ ਆ ਤੇਰੇ ਫਲਾਂ ਟਮਕਾ, ਇਹ ਕੀ ਮਤਲਬ ਹੈ ਮੇਰੇ ਬਾਰੇ? ਐ ਤੁਹਾਨੂੰ ਕਹਿਣ ਦਾ ਕੀ ਮਤਲਬ, ਹੱਕ ਹੈ ਹੈ? ਲਿਆਓ ਤੁਹਾਡੇ ਸੂਟ। ਮੈਨੂੰ ਤਾਂ ਤੂੰ ਐਂ ਥੋੜੇ ਜਿਹੇ ਸਖਤ ਜੇ ਸੁਭਾਅ ਦਾ ਲੱਗਦਾ। ਸਖਤ ਨਹੀਂ, ਤੁਸੀਂ ਉਲਟ ਸੁਲਟ ਬੋਲਦੇ ਹੋ, ਤੁਹਾਡੇ ਲੱਛਣ ਮਾੜੇ ਹੋਣੇ। ਲੱਛਣ ਨੂੰ ਮੈਂ ਕੀ ਐ ਕਰਦਾ, ਦਾਰੂ ਮੈਂ ਨਹੀਂ ਪੀਂਦਾ, ਮੀਟ ਸ਼ਰਾਬ ਮੈਂ ਨਹੀਂ, ਕੋਈ ਖਾਂਦਾ ਪੀਂਦਾ ਕੋਈ? ਮੈਨੂੰ ਲੱਗਦਾ ਤੂੰ ਮੁੰਡਿਆਂ ਨਾਲ ਜੇ ਵੀ ਲੜ ਪੈਂਦਾ ਹੋਵੇਂਗਾ, ਜਿਹੜੇ ਟੇਲਰ ਇੱਥੇ ਤੂੰ ਉਹ ਕਾਨੂੰ ਮਾੜਾ ਮੋਟਾ ਹੁਣ ਤਾਂ ਕਹਿ ਹੀ ਜਾਂਦਾ ਹੁਣ, ਉਹ ਘਰ ਵਾਲੀ ਰੌਣਾ ਕੀ ਸੀ? ਉਹ ਆਹੀ ਆ ਸੂਟ ਤੇਰੇ ਵਾਂਗੂ ਪਸੰਦ ਆ ਜਾਂਦੇ ਸੀ ਉਹਦੇ, ਇੱਥੇ ਪਏ ਹੋਏ ਟੰਗੇ ਹੋਏ, ਆਹ ਸੂਟ ਤਾਂ ਮੈਂ ਪਾਉਂਗੀ ਜਿਵੇਂ ਤੂੰ ਕਹੀ ਜਾਂਦਾ। ਹੁਣ ਦੱਸ ਇਹ ਲੋਕਾਂ ਦੇ ਸੂਟ ਹੈ,
ਮੈਂ ਕਿਹਾ ਉਹਦੀ ਘਰ ਵਾਲੀ ਨੂੰ ਦੇ ਦਿਆ ਬਈ ਇਹ ਸੂਟ ਤੇ ਭਾਈ ਤੂੰ ਉੱਥੋਂ ਸ਼ਹਿਰੋਂ ਨਵਾਂ ਲਿਆ ਕੇ ਸਿਰ ਤੇ ਦੇ ਦੇ ਅਗਲੇ ਉਹੋ ਜਿਹਾ ਜਿਹਾ ਸਿੱਤਾ ਹੋਇਆ ਉਹਦੇ 1 ਮਹੀਨੇ 'ਚ 15 ਸੂਟ ਪਸੰਦ ਆਉਂਦੇ ਆ ਮੈਂ ਕਿਵੇਂ ਉਹਨੂੰ ਰੋਜ਼ ਲੈ ਕੇ ਦੇ ਦੂੰਗਾ ਹੈ ਕਦੇ ਕੋਈ ਸੂਟ ਕਹਿੰਦੇ ਇੱਕ ਸੂਟ ਹੁਣ ਉਹ 20,000 ਦਾ ਹੈ ਇਹਨੂੰ ਕਿ ਮੈਂ ਕਿਵੇਂ ਦੇ ਦਿਆਂ ਵੀ ਹਾਂ ਕਹਿੰਦੀ ਮੈਂ ਪਾਉਂਗੀ ਕੜਾਉਂਦਾ ਹੁੰਦਾ ਫਿਰ ਤਾਂ ਭਾਈ ਤੂੰ ਮੇਰਾ ਸੂਟ ਵੀ ਨਾ ਕਿਧਰੇ ਰੱਖ ਲਵੇਂ ਮੈਂ ਤਾਂ ਆਪ ਵਿਆਹ ਵਾਸਤੇ ਲੈ ਕੇ ਆਈ ਓਏ ਕਾਨੂੰ ਦੀ ਐ ਮੈਂ ਇਹ ਕਿਉਂ ਦੇ ਦੂੰਗਾ ਘਰ ਵਾਲੀ ਨੂੰ ਸਿਲਕ ਦੇ ਸੂਟ ਐ ਮੇਰੇ ਤਾਂ ਸੋਹਣੇ ਸੋਹਣੇ ਇੱਕ ਆਹ ਹੈ ਤੂੰ ਆਹ ਹੈ ਮੈਂ ਤਾਂ ਸਾਰੇ ਕੁਝ ਭਾਈ 3-4 ਸੂਟ ਲੈ ਕੇ ਆਈ ਆ ਠੀਕ ਹੈ ਤੇ ਪਹਿਲਾਂ ਮੈਂ ਨਾ ਤਾਂ ਇੱਥੋਂ ਐ ਕਰ ਤੂੰ 2 ਸੂਟ ਸਿਉਂਦੇ ਮੇਰੇ ਜੇ ਵਧੀਆ ਸੀਤੇ ਫੇਰ ਤਾਂ ਮੈਂ ਹੋਰ ਵੀ ਲੈ ਆਉਂਗੀ ਠੀਕ ਹੈ ਤੇ ਵਿਆਹ ਵਾਲੀ ਕੁੜੀ ਦੇ ਵੀ ਲੈ ਆਉਂਗੀ ਤੇ ਪਹਿਲਾਂ ਮੈਂ ਫਿਟਿੰਗ ਬਸ ਵਧੀਆ ਬਿਠਾ ਦੀ ਤੇ ਆਹ ਸਲਵਾਰਾਂ ਨਾ ਕੁੱਤਣੀਆਂ ਜੀਆਂ ਨਾ ਬਣਾਈ ਆ ਪਹਿਲਾਂ ਖਰਾਬ ਕਰਤੀ ਮੇਰੀ ਕਿਸੇ ਨੇ ਆਹ ਸਲਵਾਰ ਦੇਖ ਭੀੜੀ ਜੀ ਬਣਾ ਕੇ ਰੱਖਤੀ ਤੇ ਭਾਈ ਮੈਂ ਤਾਂ ਭੀੜੀ ਸਲਵਾਰ ਨਹੀਂ ਪਾਉਂਦੀ ਕਿ ਮੈਂ ਤਾਂ ਪਾਉਣੀ ਆ ਖੁੱਲੀਆਂ ਖੁੱਲੀਆਂ ਪਟਿਆਲਾ ਫੁੱਲ ਪਟਿਆਲਾ ਹੈਵੀ ਆ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਉਵੇਂ ਠੀਕ ਹੈ ਤੇ ਕੁੱਤਣੀ ਜੀ ਨਾ ਬਣਾ ਦੀ ਜੇ ਇਹੋ ਜੀ ਆਹ ਹੈ ਠੀਕ ਹੈ ਨਾ ਤੇ ਮੇਰੀ ਨਾ 40 ਇੰਚ ਸਲਵਾਰ ਧਰਦੀ ਠੀਕ ਹੈ ਜੀ ਠੀਕ ਹੈ ਕੱਪੜਾ ਨਾਪ ਲੈ ਭਾਈ ਤੂੰ ਕੱਪੜਾ ਹਾਂ ਪਹਿਲਾਂ ਉਹ ਨਾਪ ਲੈ ਉਹ ਸਿਲਕ ਵਾਲਾ ਇਹਦੇ ਥੱਲੇ ਤਾਂ ਲਾਈਨਿੰਗ ਲੱਗੂਗੀ ਕੋਈ ਗੱਲ ਨਹੀਂ ਮੈਂ ਦੇਖ ਲੈਣਾ ਦੇਖ ਲੈਣਾ ਦੇਖ ਲੈ ਭਾਈ ਨਾਪ ਕਿਚ ਪੂਰਾ ਕੱਪੜਾ ਹੈਗਾ ਵਧੀਆ ਤੇ ਮਹਿੰਗੇ ਮਹਿੰਗੇ ਮੇਰੇ ਤਾਂ 5,000-5,000 ਦੇ ਸੂਟ ਹੈ ਖਰਾਬ ਨਾ ਕਰਦੀ ਤੇ ਮੈਂ ਤਾਂ ਕੱਪੜਾ ਲੈ ਲੂੰ ਤਾਂ ਇੱਥੋਂ ਵੇਖ ਲੈ ਫਿਰ ਭਾਈ ਪਹਿਲਾਂ ਗੱਲਾਂ ਨਾ ਕਰੋ ਪਹਿਲਾਂ ਕੱਪੜਾ ਦੇਖਣ ਦਿਓ ਹਾਂ ਮੈਨੂੰ ਭੁਲਾ ਦਿਓਗੇ ਫਿਰ ਭੁਲਾਉਣ ਦੀ ਕੋਈ ਗੱਲ ਨਹੀਂ ਟੇਲਰਾਂ ਦਾ ਦਿਮਾਗ ਬਹੁਤ ਹੁੰਦਾ ਆਹ ਸੂਟ ਤਾਂ ਤੁਹਾਡਾ ਪੂਰਾ ਹੀ ਪੂਰਾ ਹੈ ਆਹੋ ਤੇ ਹੋਰ ਬਾਲੇ ਇਸ ਤਾਂ ਮਹਿੰਗੇ ਮਹਿੰਗੇ ਸੂਟ ਲਏ ਆ ਭਾਈ ਤੁਹਾਨੂੰ ਪਤਾ ਹੀ ਹੈ ਵਿਆਹਾਂ ਦੇ ਵਿੱਚ ਤੇ ਆਹੋ ਜਿਹਾ ਘੱਗਰਾ ਜਾ ਹੈਗਾ ਤਾਂ ਸੋਹਣਾ ਲੈ ਕੇ ਜਾ ਉਹ ਭਾਈ ਤੂੰ ਝੋਲੇ 'ਚ ਨਾ ਪਾ ਲਈ ਉੱਡਾ ਕੋ ਪਤਾ ਨਹੀਂ ਲੱਗਦਾ ਹੁੰਦਾ ਕੀ ਪਤਾ ਕਦੋਂ ਝੋਲੇ 'ਚ ਪਾ ਲਊ